ਵਾਗਰੂ ਜੀ ਅਸੀਂ ਸੁ ਲੈ ਗਿਆਂ ਗਵਾਲੀਅਰ ਫੋਰਟ ਵਿੱਚ ਗੁਰਦੁਆਰਾ ਬੰਦੀ ਛੋੜ ਸਾਹਿਬ ਤੇ ਉਸ ਦੇ ਬਿਲਕੁਲ ਨਜ਼ਦੀਕ ਇਹ ਉਹ ਜਗ੍ਹਾ ਹੈ ਜਿੱਥੇ ਕਿ 52 ਪਹਾੜੀ ਰਾਜਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਇਹਦੇ ਅੰਦਰ ਪਿਲਰਸ ਹੈ ਬਹੁਤ ਸਾਰੇ ਉਹਨਾਂ ਪਿਲਰਸ ਦੇ ਨਾਲ ਉਹਨਾਂ ਰਾਜਿਆਂ ਨੂੰ ਬੰਨਿਆ ਹੋਇਆ ਸੀ ਤੇ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀ ਅਸੀਂ ਅੰਦਰ ਚੱਲ ਰਹੇ ਹਾਂ ਤੇ ਤੁਹਾਨੂੰ ਪਿਲਰਸ ਦਿਖਾਉਂਦੇ ਹਾਂ ਤੁਹਾਨੂੰ ਸਾਹਮਣੇ ਪਿਲਰਸ ਦਿਖ ਰਹੇ ਨੇ ਇਹਨਾਂ ਪਿਲਰਸ ਦੇ ਨਾਲ 52 52 ਜਿਹੜੇ ਬਾੜੀ ਰਾਜੇ ਅਰਸ ਕਿਤੇ ਹੋਏ ਸੀ ਉਹਨਾਂ ਨੂੰ ਬਨਿਆ ਹੋਇਆ ਸੀ ਟਿਉਨਾਂ ਨੂੰ ਯਾਤਨਾਵਾਂ ਦਿੱਤੇ ਅੰਦਰ ਸੀ ਟੌਰਚਰ ਕੀਤਾ ਜਾਂਦਾ ਸੀ ਤੇ ਇਸੀ ਜਗਾਤੇ ਇਸੇ ਕਿਲੇ ਵਿੱਚ ਮਤਲਬ ਐਸ ਐਸ ਬਿਲਡਿੰਗ ਚ ਨਹੀਂ ਐਸ ਕੰਪਲੈਕਸ ਚ ਨਹੀਂ ਇਸੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਨજર ਬੰਦ ਸੀ ਹਾਲਾਂਕਿ ਉਹ ਪੂਰੇ ਕਿਲੇ ਚ ਕਿੱਥੇ ਵੀ ਬੜਾ ਵੱਡਾ ਏਰੀਆ ਕਿਲੇ ਦਾ ਪੂਰੇ ਏਰੀਆ ਕਿਲੇ ਦੇ ਏਰੀਆ ਚ ਕਿੱਥੇ ਵੀ ਆ ਜਾ ਸਕਦੇ ਸੀ ਘੁੰਮ ਫਿਰ ਸਕਦੇ ਸੀ ਕੋਈ ਰੋਕ ਟੋਕ ਨਹੀਂ ਸੀ ਉਹਨਾਂ ਦੇ ਉੱਪਰ ਲੇਕਿਨ ਜਿਹੜੇ ਬਾਵਨ ਰਾਜੇ ਸੀ ਉਹਨਾਂ ਨੂੰ ਇੱਥੇ ਚੈਨਾ ਨਾਲ ਬੰਨ ਕੇ ਰੱਖਿਆ ਹੋਇਆ ਸੀ ਤੇ ਉਹਨੂੰ ਟੌਰਚਰ ਕੀਤਾ ਜਾਂਦਾ ਸੀ ਫਿਰ ਮੌਕਾ ਆਇਆ ਜਦੋਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਜ਼ਾਦ ਕਰਤਾ ਗਿਆ ਉਹਨਾਂ ਨੂੰ ਛੋੜਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੀ ਮੈਂ ਤਾਂ ਇਥੋਂ ਇਹ ਬਾਵਲ ਰਾਜੇ ਨਾਲ ਲੈ ਕੇ ਨਿਕਲਾਂਗਾ ਰਾਜੇ ਨੇ ਕਿਹਾ ਕਿ ਜੀ ਠੀਕ ਹੈ ਮਨਜ਼ੂਰ ਹੈ ਲੇਕਿਨ ਤੁਹਾਡੇ ਕੁਰਤੇ ਦੀ ਕੱਲੀਆਂ ਨੂੰ ਫੜ ਕੇ ਜਿਹੜਾ ਵੀ ਬੰਦਾ ਜਿਹੜਾ ਵੀ ਰਾਜਾ ਬਾਹਰ ਨਿਕਲ ਸਕਦਾ ਉਹ ਨਿਕਲ ਜਾਏਗਾ ਬਾਕੀ ਸਾਰੇ ਇੱਥੇ ਕੈਦ ਰਹਿਣਗੇ ਇਕਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਦੇਖੋ ਉਹਨਾਂ ਨੇ ਇੱਕ ਨਵਾਂ ਕੁਰਤਾ ਸਵਾਇਆ ਜਿਹਦੇ 52 ਕਲੀਆਂ ਸੀ ਤੇ ਉਹ 52 ਕਲੀਆਂ ਨੂੰ ਫੜ ਕੇ 52 ਰਾਜੇ ਬਾਹਰ ਨਿਕਲ ਗਏ ਅੱਜ ਜੇ ਤੁਸੀਂ ਸਾਹਮਣੇ ਦੇਖ ਰਹੇ ਹੋ ਪਿਕਨਿਕ ਸਪੌਟ ਬਣਿਆ ਹੋਇਆ ਹੈ ਇਹ ਦਿਲ ਦਾ ਨਿਸ਼ਾਨ ਬਣਿਆ ਹੋਇਆ ਹੈ ਇੱਥੇ ਪਿੱਛੇ ਜੋੜੇ ਵੀ ਬੈਠੇ ਨੇ ਆਪਸ ਵਿੱਚ ਗੱਲਬਾਤ ਕਰਦੇ ਪਏ ਨੇ ਲੇਕਿਨ ਇਹ ਬੜੀ ਹਿਸਟੋਰੀਕਲ ਜਗ੍ਹਾ ਹੈ ਬਿਲਕੁਲ ਗੁਰਦੁਆਰਾ ਬੰਦੀ ਛੋੜ ਸਾਹਿਬ ਗਵਾਲੀਅਰ ਜਿਹੜਾ ਗਵਾਲੀਅਰ ਫੋਰਟ ਦੇ ਅੰਦਰ ਕਾਫੀ ਉਚਾਈ ਤੇ ਕਿਲਾ ਹੈ ਇਹ ਉਹਦੇ ਚ ਕੋਈ ਬਾਉਲੀ ਬਣੀ ਹੋਈ ਹੈ ਬੜੀ ਵੱਡੀ ਸਾਰੀ ਵੈਗਰੂ ਜੀ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਸ਼ੇਅਰ ਕੀਤਾ ਹੈਗਾ ਜਿਹਦੇ ਚ ਜਦੋਂ ਅਸੀਂ ਉੱਤੇ ਸਾਡੀ ਬੱਸ ਜਦੋਂ ਉੱਪਰ ਚੜ ਰਹੀ ਸੀ ਕਿਲੇ ਤੇ ਉਹ ਲੋਡ ਨਾ ਲੈ ਸਕੀ ਕਿਉਂਕਿ ਕਾਫੀ ਜਿਆਦਾ ਸਟੀਪ ਹਾਈਕ ਸੀ ਤੇ ਸਾਰੀ ਸੰਗਤ ਨੂੰ ਪੈਦਲ ਚੱਲ ਕੇ ਉੱਤੇ ਜਾਣਾ ਪਿਆ ਮੈਂ ਉਹ ਵਾਲਾ ਵੀਡੀਓ ਵੀ ਸ਼ੇਅਰ ਕੀਤਾ ਹੈ ਤੇ ਇੱਕ ਹੋਰ ਵੀਡੀਓ ਉਹਨੇ ਸ਼ੇਅਰ ਕੀਤਾ ਜਿਦੇ ਚ ਕਿ ਜਦੋਂ ਅਸੀਂ ਵਸ ਤੋਂ ਗਵਾਲੀਅਰ ਫੋਰਟ ਤੋਂ ਬੰਦੀ ਛੋੜ ਸਾਹਿਬ ਤੋਂ ਥੱਲੇ ਉਤਰਦੇ ਹੋਏ ਦਾ ਪੂਰਾ ਵੀਡੀਓ ਉਹਦੇ ਚ ਹੈਗਾ ਆਪ ਜੀ ਦੇ ਅਕ ਬੇਨਤੀ ਦੋਨੋਂ ਵੀਡੀਓ ਦੇਖੋ ਤੇ ਇਹ ਵਾਲਾ ਵੀਡੀਓ ਵੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਰਸਤਾ ਵਿਖਾਣਦੇ ਆ ਜਿੱਥੋਂ ਕਿ ਗੁਰੂ ਹਰਗੋਬਿੰਦ ਸਾਹਿਬ ਉਹ 52 ਪਹਾੜੀ ਰਾਜਿਆਂ ਨੂੰ ਆਪਣੇ ਨਾਲ ਲੈ ਕੇ ਕਿਲੇ ਤੋਂ ਬਾਹਰ ਨਿਕਲੇ ਸੀ ਇਹ ਸਾਹਮਣੇ ਜਿਹੜਾ ਗੇਟ ਦਿਖ ਰਿਹਾ ਹੈ ਇਹ ਮੇਨ ਐਂਟ੍ਰੈਂਸ ਹੈਗਾ ਸੀ ਕਿਲੇ ਦਾ ਤੁਹਾਨੂੰ ਹੁਣੇ ਉਸ ਪਾਸੋਂ ਵੀ ਜਾ ਕੇ ਇਹਦਾ ਨਜ਼ਾਰਾ ਦਿਖਾਣਦੇ ਆ ਤੇ ਗੁਆਲિયਰ ਦਾ ਸੀਨ ਵੀ ਤੁਹਾਨੂੰ ਦਿਖਾਣਦੇ ਆ ਕਿ ਪਹਾੜੀ ਤੋਂ ਗੁਆਲિયਰ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਚਾਰੇ ਤਰਫ ਬੰਦੀ ਛੋੜ ਸਾਹਿਬ ਤੋਂ ਚੱਲ ਰੇ ਪਾਠ ਦੀ ਆਵਾਜ਼ ਗੂੰਜ ਰਹੀ ਹੈ अद्भुत नजारा अलौकिक नजारा अकेले द बारदा दृश्य आइए आपको ग्वालियर दिखाते हैं एक ग्वालियर शहर तो नवाज आ रही होनिया गurbani di दसो कि पावन जगह किन्नी पवित्र जगह जिथे कि आसमान च भी वायुमंडल चाहबाणी गूंज रही है ਮੇਰੇ ਜੀ ਐ ਰਸਤਾ ਜਿੱਥੋਂ ਕੀ ਗੁਰੂ ਸਾਹਿਬ ਨਿਕਲ ਕੇ ਬਾਹਰ ਗਏ ਕਾਫੀ ਜਿਆਦਾ ਚੜਾਈ ਹੈਗੀ ਇਹ ਤੇ ਤੁਹਾਨੂੰ ਉਹਨੇ ਮੁੜ ਕੇ ਮੈਂ ਗੇਟ ਵੀ ਦਿਖਾਨਾ ਇਹ ਪੂਰਾ ਥੱਲੇ ਕਿਲੇ ਚ ਜਾ ਰਿਹਾ ਰਸਤਾ ਤੇ ਇਹ ਉਸ ਗੇਟ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਸ ਗੇਟ ਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਨਿਕਲੇ ਸੀ 52 ਪਾੜੇ ਰਾਜਿਆਂ ਨੂੰ ਲੈ ਕੇ ਗਵਾਲੀਅਰ ਦੇ ਫੋਰਟ ਚ ਗਵਾਲੀਅਰ ਦੇ ਕਿਲੇ ਚ ਰੈਗ ਜਿਹੋ ਬੰਦਾ ਇੱਕ ਵਾਰ ਇਸ ਜਗ੍ਹਾ ਤੇ ਆਣਾ ਦਰਸ਼ਨ ਕਰਨਾ ਮੱਥਾ ਟੇਕਣਾ ਤੇ ਸਾਰੇ ਨਜ਼ਾਰਿਆਂ ਨੂੰ ਆਪਣੀ ਅੱਖਾਂ ਨਾਲ ਵੇਖਣਾ ਇਹ ਹੈਗਾ ਜੀ ਗਵਾਲੀਅਰ ਫੋਰਟ ਗਵਾਲੀਅਰ ਦਾ ਕਿਲਾ ਤੇ ਉਹਦੇ ਅੰਦਰ ਹੈ ਗੁਰਦੁਆਰਾ ਬੰਦੀ ਛੋੜ ਸਾਹਿਬ ਜਿੱਥੇ ਕੀ ਫ੍ਰੀ ਰੂਮਸ ਨੇ ਅਵੇਲੇਬਲ ਏਸੀ ਰੂਮਸ ਤੱਕ ਫ੍ਰੀ ਅਵੇਲੇਬਲ ਨੇ 24 ਘੰਟੇ ਲੰਗਰ ਚੱਲਦਾ ਹੈ ਚਾਹ ਪਾਣੀ ਦਾ ਲੰਗਰ ਚੱਲਦਾ ਹੈ ਸੰਗਤਾਂ ਦੂਰੋਂ ਦੂਰੋਂ ਆਂਦੀਆਂ ਨੇ ਦਰਸ਼ਨਾ ਕਰਨ ਲਈ ਆਪ ਜੀ ਵੀ ਜਰੂਰ ਪਹੁੰਚੋ ਦਰਸ਼ਨ ਕਰਨ ਲਈ